ਤੁਸੀਂ ਦੇਖ ਰਹੇ ਹੋ ਜੀ ਆਪਣਾ ਫਤੂਰੋ ਇੰਟਰਨੈਸ਼ਨਲ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਅਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰ ਸਕਦੇ ਹੋ। ਚੱਲਦੇ ਹਾਂ ਅੱਜ ਦੀਆਂ ਆਪਣੀਆਂ ਇਟਾਲੀਅਨ ਨਿਊਜ਼ ਦੇ ਉੱਤੇ। ਜਿਹੜੀ ਅੱਜ ਦੀ ਆਪਣੀ ਪਹਿਲੀ ਖਬਰ ਹੈ ਜੀ, ਇਹ ਜਿਹੜਾ ਨਵਾਂ ਡਿਗਰੀ ਹੈ ਜੀ, ਦਕਰੇਤੋ ਹੈ, ਇਹ ਲਾਗੂ ਹੋ ਚੁੱਕਾ ਹੈ, ਅਪਰੂਵਡ ਹੋ ਚੁੱਕਾ ਹੈ, ਇਸ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਇਹਦੇ ਵਿੱਚ ਕੀ ਹੋਇਆ ਕਿ ਜਿਹੜੀ ਵੈਕਸੀਨ ਹੈ ਜੀ, ਉਹ ਓਬਲੀਗਾਟੋਰੀਓ ਕਰ ਦਿੱਤੀ ਗਈ ਹੈ। ਇਹਦੇ ਵਿੱਚ ਇਹਨਾਂ ਨੇ ਇੱਕ ਏਜ ਗਰੁੱਪ ਜਿਹੜਾ ਫਿਲਹਾਲ ਰੱਖਿਆ ਹੈ ਕਿ 50 ਸਾਲ ਜਾਂ ਇਸ ਤੋਂ ਉੱਪਰ ਵਾਲੇ ਲੋਕ ਜਿਹੜੇ ਹਨ। ਹੁਣ ਇੱਥੇ ਤੁਹਾਨੂੰ ਇੱਕ ਚੀਜ਼ ਦੱਸ ਦਈਏ ਕਿ ਅੱਜ ਸਰਕਾਰ ਨੇ ਜਿਹੜਾ 50 ਸਾਲ ਤਾਂ ਇਸ ਤੋਂ ਉੱਪਰ ਵਾਲੇ ਲੋਕਾਂ ਦੇ ਵਾਸਤੇ ਜਿਹੜੀ ਓਬਲੀਗਾਟੋਰੀਓ ਕੀਤੀ ਹੈ, ਹੋ ਸਕਦਾ ਕਿ ਕੱਲ੍ਹ ਨੂੰ ਜਿਹੜਾ ਇਹ ਸਰਕਲ ਹੈ, ਹੋ ਸਕਦਾ ਕੱਲ੍ਹ ਨੂੰ 40 ਸਾਲ ਵਾਲਾ ਜਿਹੜਾ ਲਿਮਿਟ ਹੈ ਜੀ ਆ ਜਾਵੇ ਜਾਂ 30 ਵਾਲੀ ਆ ਜਾਵੇ। ਇਸ ਤਰ੍ਹਾਂ ਹੌਲੀ ਹੌਲੀ ਜਿਹੜਾ ਕੰਮ ਹੋ ਸਕਦਾ ਹੈ। ਬਾਕੀ ਇਸ ਤੋਂ ਇਲਾਵਾ ਤੁਹਾਡੇ ਕੋਲ ਇੱਕ ਗ੍ਰੀਨ ਪਾਸ, ਜਿਹੜਾ ਸੁਪਰ ਗ੍ਰੀਨ ਪਾਸ ਜਾਂ ਬਾਜ਼ੇ, ਦੋਨਾਂ ਦੇ ਵਿੱਚੋਂ ਕੋਈ ਵੀ ਹੋਣਾ ਜ਼ਰੂਰੀ ਹੋਵੇਗਾ। ਜੇ ਤੁਸੀਂ ਕਿਸੇ ਵੀ ਬਿਊਟੀ ਪਾਰਲਰ ਦੇ ਵਿੱਚ ਜਾ ਰਹੇ ਹੋ, ਜਾਂ ਤੁਸੀਂ ਹੇਅਰ ਕਟਿੰਗ ਵਾਲੀ ਦੁਕਾਨ 'ਤੇ ਜਾ ਰਹੇ ਹੋ, ਜਾਂ ਕਿਸੇ ਹੋਰ ਸ਼ੋਪ ਦੇ ਵਿੱਚ ਜਾ ਰਹੇ ਹੋ, ਜਾਂ ਤੁਸੀਂ ਕੋਈ ਵੀ ਪਬਲਿਕ ਜਾਂ ਪ੍ਰਾਈਵੇਟ ਸਰਵਿਸ ਵਗੈਰਾ ਲੈਣ ਦੇ ਵਾਸਤੇ ਉਸ ਜਗ੍ਹਾ ਦੇ ਉੱਤੇ ਜਾ ਰਹੇ ਹੋ, ਤਾਂ ਤੁਸੀਂ ਖਿਆਲ ਰੱਖਣਾ ਕਿ ਤੁਹਾਡੇ ਕੋਲ ਜਾਂ ਤਾਂ ਜਿਹੜਾ ਗ੍ਰੀਨ ਪਾਸ ਨੋਰਮਲ ਹੈ ਜਾਂ ਜਿਹੜਾ ਸੁਪਰ ਗ੍ਰੀਨ ਪਾਸ ਹੋਣਾ ਜ਼ਰੂਰੀ ਹੈ। ਬਾਕੀ ਇਸ ਤੋਂ ਬਾਅਦ ਕੀ ਹੁੰਦਾ ਕਿ 2.5 ਘੰਟੇ ਜਿਹੜਾ ਇੱਕ ਡਿਸਕਸ ਸਰਕਾਰ ਦਾ ਆਪਸ ਦੇ ਵਿੱਚ ਚੱਲਦਾ, ਜਿਹਦੇ ਵਿੱਚ ਗੌਰਮੈਂਟ ਨੇ ਇਹ ਡਿਸਾਈਡ ਕਰ ਲਿਆ ਹੈ ਕਿ ਜਿਹੜੇ 50 ਸਾਲ ਜਾਂ ਇਸ ਤੋਂ ਉੱਪਰ ਵਾਲੀ ਉਮਰ ਹਨ, ਜਿਹੜੇ ਲੋਕਾਂ ਦੀ ਉਮਰ 50 ਸਾਲ ਤੱਕ ਪਹੁੰਚ ਚੁੱਕੀ ਹੈ ਜਾਂ ਇਸ ਤੋਂ ਉੱਪਰ, ਉਹਨਾਂ ਦੇ ਵਾਸਤੇ ਜਿਹੜੀ ਵੈਕਸੀਨ ਹੈ ਜੀ, ਇਸ ਨੂੰ ਓਬਲੀਗਾਟੋਰੀਓ ਕਰ ਦਿੱਤਾ ਗਿਆ ਹੈ। ਤਾਂ ਇਹਦੇ ਨਾਲ ਹੀ ਜਿਹੜੇ ਪਬਲਿਕ ਤੌਰ 'ਤੇ ਕੰਮ ਕਰਦੇ ਹਨ ਜਾਂ ਜਿਹੜੇ ਪ੍ਰਾਈਵੇਟ ਵਰਕਰ ਹਨ, ਉਹਨਾਂ ਨੂੰ ਆਪਣੇ ਕੰਮ ਦੇ ਵਿੱਚ ਜਾਣ ਦੇ ਵਾਸਤੇ ਜਾਂ ਐਂਟਰੀ ਦੇ ਵਾਸਤੇ ਉਹਨਾਂ ਦੇ ਵਾਸਤੇ ਵੀ ਜਿਹੜਾ ਸੁਪਰ ਗ੍ਰੀਨ ਪਾਸ ਹੈ, ਇਸ ਦੀ ਜ਼ਰੂਰਤ ਉਹਨਾਂ ਨੂੰ ਪਵੇਗੀ। ਬਾਕੀ ਇਸ ਤੋਂ ਇਲਾਵਾ ਜਿਹੜਾ ਯੂਨੀਵਰਸਿਟੀ ਦਾ ਸਟਾਫ ਹੈ, ਉਹਦੇ ਵਾਸਤੇ ਜਿਹੜਾ ਕੋਈ ਏਜ ਲਿਮਿਟ ਨਹੀਂ ਰੱਖਿਆ ਗਿਆ, ਉਹਨਾਂ ਸਾਰੇ ਲੋਕਾਂ ਨੂੰ ਜਿਹੜੀ ਵੈਕਸੀਨ ਲਗਵਾਉਣੀ ਪਵੇਗੀ। ਬਾਕੀ ਫਿਰ ਵੀ ਇਹਦੇ ਵਿੱਚ ਸਰਕਾਰ ਨੇ ਜਿਹੜਾ ਇੱਕ ਚੰਗਾ ਕੰਮ ਕੀਤਾ, ਉਹਨੇ ਜਿਹੜਾ ਸਰਕਾਰ ਨੇ, ਜਿੱਦਾਂ ਕਿ ਅੱਜ ਤਰੀਕ ਤੁਸੀਂ ਜਾਣਦੇ ਹੋ ਕਿ 6 ਤਰੀਕ ਹੋਈ ਹੈ, ਫਿਰ ਵੀ ਸਰਕਾਰ ਨੇ ਇਸ ਦੇ ਵਿੱਚ ਜਿਹੜਾ ਟਾਈਮ ਦਿੱਤਾ ਹੈ, ਸਰਕਾਰ ਨੇ ਇਹਦੇ ਵਿੱਚ ਦੱਸਿਆ ਹੈ ਕਿ ਜਿਹੜੀ ਡੇਟ ਹੈ ਜੀ, ਇਹਨਾਂ ਨੇ 1 ਫਰਵਰੀ ਜਿਹੜੀ ਹੈ 2022 ਡੇਟ ਰੱਖੀ ਹੈ। ਅਗਰ ਤੁਸੀਂ ਇਸ ਤਰੀਕ ਤੱਕ ਜਿਹੜਾ ਹੈ ਜੀ ਵੈਕਸੀਨ ਲਗਵਾ ਲੈਂਦੇ ਹੋ ਤਾਂ ਵਧੀਆ ਗੱਲ ਹੈ, ਅਗਰ ਤੁਸੀਂ ਵੈਕਸੀਨ ਨਹੀਂ ਲਗਵਾਉਂਦੇ ਤਾਂ ਫਿਰ ਉਸ ਤੋਂ ਬਾਅਦ ਜਿਹੜੇ ਜੁਰਮਾਨੇ ਵਗੈਰਾ ਹੋਣਗੇ ਉਹ ਸ਼ੁਰੂ ਹੋ ਜਾਣਗੇ। ਬਾਕੀ ਜਿਹੜੇ 50 ਜਾਂ 50 ਤੋਂ ਉੱਪਰ ਵਾਲੀ ਉਮਰ ਦੇ ਲੋਕ ਹੋਣਗੇ, ਜਿਹੜੇ ਵਰਕਰ ਹੋਣਗੇ ਫੈਕਟਰੀਜ਼ ਵਗੈਰਾ ਦੇ ਵਿੱਚ ਜਾਂ ਹੋਰ ਜਗ੍ਹਾ ਦੇ ਉੱਤੇ ਜਿਹੜੇ ਕੰਮ ਕਰਦੇ ਹਨ, ਉਹਨਾਂ ਦੇ ਵਾਸਤੇ ਜਿਹੜਾ ਜੁਰਮਾਨਾ ਹੈ ਜੀ 1 ਤਰੀਕ ਤੋਂ ਜੁਰਮਾਨਾ ਨਹੀਂ ਰੱਖਿਆ ਜਾਏਗਾ। ਇਹਦੇ ਵਿੱਚ ਜਿਹੜੇ 14 ਦਿਨ ਹੋਰ ਇਸ ਦੇ ਵਿੱਚ ਜੋੜੇ ਜਾਣਗੇ, ਜਿਹੜੀ ਤਰੀਕ ਹੈ ਜੀ 15 ਫਰਵਰੀ ਇਹਨਾਂ ਨੇ ਕੱਢੀ ਹੈ, ਉਹ ਇਸ ਕਰਕੇ ਕਿਉਂਕਿ ਜੋ ਤੁਸੀਂ ਪਹਿਲੀ ਡੋਜ਼ ਲਗਵਾਉਂਦੇ ਹੋ ਅਤੇ ਉਸ ਤੋਂ ਬਾਅਦ ਜਿਹੜੇ 14 ਦਿਨ ਲੱਗਦੇ ਹਨ ਜੇ ਤੁਸੀਂ ਉਸ ਨੂੰ ਗ੍ਰੀਨ ਪਾਸ, ਸੁਪਰ ਗ੍ਰੀਨ ਪਾਸ ਦੇ ਵਿੱਚ ਕਨਵਰਟ ਕਰਨਾ ਹੈ। ਬਾਕੀ ਇਸ ਦਾਇਰੇ ਦੇ ਵਿੱਚ ਕਿਹੜੇ ਕਿਹੜੇ ਲੋਕ ਸ਼ਾਮਿਲ ਕੀਤੇ ਗਏ ਨੇ, ਇਹਦੇ ਵਿੱਚ ਜਿੰਨੇ ਵੀ ਇਟਲੀ ਦੇ ਵਿੱਚ ਲੋਕ ਰਹਿੰਦੇ ਹਨ, ਜਿਹੜੇ ਇੱਥੋਂ ਦੇ ਸਿਟੀਜ਼ਨ ਹਨ, ਨਾਗਰਿਕ ਹਨ ਇਟਾਲੀਆ ਦੇ, ਉਹਨਾਂ ਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ। ਅਤੇ ਇਹਦੇ ਵਿੱਚ ਇਨਕਲੂਡਿੰਗ ਜਿੱਦਾਂ ਕਿ ਯੂਰੋਪੀਅਨ ਲੋਕ ਹਨ, ਜਿਹੜੇ ਹੋਰ ਯੂਰੋਪੀਅਨ ਕੰਟਰੀਜ਼ ਦੇ ਲੋਕ ਜਿਹੜੇ ਇੱਥੇ ਰਹਿ ਰਹੇ ਹਨ, ਜਾਂ ਜਿਹੜੇ ਫੋਰਨ ਸਿਟੀਜ਼ਨ ਜਿਹਦੇ ਵਿੱਚ ਤੁਸੀਂ ਵੀ ਆਉਂਦੇ ਹੋ, ਅਸੀਂ ਵੀ ਆਉਂਦੇ ਹਾਂ, ਅਤੇ ਹੋਰ ਦੇਸ਼ਾਂ ਦੇ ਲੋਕ ਵੀ ਇਸ ਦੇ ਵਿੱਚ ਆਉਂਦੇ ਹਨ, ਇਹ ਸਾਰੇ ਜਿਹੜੇ ਇਸ ਘੇਰੇ ਦੇ ਵਿੱਚ ਸਰਕਾਰ ਨੇ ਲਏ ਹਨ। ਬਾਕੀ ਹੁਣ ਆਪਾਂ ਗੱਲ ਕਰ ਲਈਏ ਸਕੂਲਾਂ ਦੇ ਉੱਤੇ, ਜਿਹੜੇ ਸਕੂਲਾਂ ਦੀ ਡੇਟ ਹੈ ਜੀ ਸਰਕਾਰ ਨੇ ਉਹੀ ਰੱਖੀ ਹੈ, ਇਹਦੇ ਵਿੱਚ ਜਿਹੜਾ ਕੋਈ ਵੀ ਆਪਣਾ ਚੇਂਜਿਸ ਵਗੈਰਾ ਨਹੀਂ ਕੀਤੀਆਂ ਜਾਣਗੀਆਂ। 10 ਜਨਵਰੀ ਜਿਹੜੀ ਹੈ ਇਹਨਾਂ ਨੇ ਰੱਖੀ ਹੈ ਤਰੀਕ। ਬਾਕੀ ਜਿਹੜਾ ਸਰਕਾਰ ਨੇ ਫਾਰਮੂਲਾ 1, 2, 3 ਦਾ ਰੱਖਿਆ, ਉਹ ਬੜਾ ਸੋਚ ਸਮਝ ਕੇ ਰੱਖਿਆ। ਜਿਹੜਾ 0 ਤੋਂ ਲੈ ਕੇ 6 ਸਾਲ ਦਾ ਏਜ ਗਰੁੱਪ ਹੈ, ਇਹਦੇ ਵਾਸਤੇ ਜਿਹੜਾ ਇੱਕ ਬੱਚਾ ਕਲਾਸ ਦੇ ਵਿੱਚ ਪੋਜ਼ਿਟਿਵ ਹੁੰਦਾ ਤਾਂ ਜਿਹੜੀ ਸਾਰੀ ਕਲਾਸ ਨੂੰ ਪੋਜ਼ਿਟਿਵ ਕੀਤਾ ਜਾਏਗਾ 10 ਦਿਨਾਂ ਦੇ ਵਾਸਤੇ। ਇਸ ਤੋਂ ਬਾਅਦ ਜਿਹੜਾ ਦੂਸਰਾ ਗਰੁੱਪ ਹੈ, ਉਹਦੇ ਵਿੱਚ ਅਗਰ 2 ਬੱਚੇ ਪੋਜ਼ਿਟਿਵ ਹੁੰਦੇ ਹਨ ਤਾਂ ਫਿਰ ਜਿਹੜਾ ਉਹਨਾਂ ਨੂੰ ਕਲਾਸ ਨੂੰ ਪੋਜ਼ਿਟਿਵ ਕੀਤਾ ਜਾਏਗਾ। ਇਸੇ ਤਰ੍ਹਾਂ ਜਿਹੜੇ 3 ਬੱਚੇ ਹਨ, 3 ਬੱਚੇ ਪੋਜ਼ਿਟਿਵ ਆਉਣ ਦੀ ਸਥਿਤੀ ਦੇ ਵਿੱਚ ਜਿਹੜੀ ਕਲਾਸ ਹੈ ਜੀ ਪੂਰੀ ਕੁਆਰੰਟਾਈਨ ਕੀਤੀ ਜਾਏਗੀ। ਅਲੱਗ ਅਲੱਗ ਏਜ ਲਿਮਿਟ ਦੀ ਜਿਹੜੀ ਇਹਨਾਂ ਨੇ ਇੱਕ ਸਕੀਮ ਬਣਾਈ ਹੈ। ਬਾਕੀ ਜਿਨ੍ਹਾਂ ਦੇ ਘਰ ਦੇ ਵਿੱਚ 12 ਤੋਂ ਲੈ ਕੇ 15 ਸਾਲ ਦੀ ਉਮਰ ਦੇ ਬੱਚੇ ਹਨ, ਜੇ ਉਹਨਾਂ ਨੇ ਪਹਿਲਾਂ ਵੈਕਸੀਨ ਲਗਵਾਈ ਹੋਈ ਹੈ, ਮੰਨ ਲਓ ਜਿਹੜੀ ਸੈਕਿੰਡ ਡੋਜ਼ ਬੱਚਿਆਂ ਦੀ ਲੱਗ ਚੁੱਕੀ ਹੈ, ਤਾਂ ਉਹਨਾਂ ਦੇ ਵਾਸਤੇ ਜਿਹੜੀ ਸਪੈਸ਼ਲ ਨਿਊਜ਼ ਆ ਚੁੱਕੀ ਹੈ, ਅਗਰ ਤੁਸੀਂ ਵੈਕਸੀਨ ਲਗਵਾਉਣ ਦੇ ਹੱਕ ਦੇ ਵਿੱਚ ਹੋ ਬੱਚਿਆਂ ਦੇ, ਤਾਂ ਜਿਹੜੀ ਮਿਨਿਸਟਰਸ ਕੌਂਸਲ ਹੈ ਜੀ, ਇਹਨਾਂ ਨੇ ਜਿਹੜੀ ਹਰੀ ਝੰਡੀ ਦੇ ਦਿੱਤੀ ਹੈ ਇਸ ਚੀਜ਼ ਨੂੰ ਕਿ 12 ਤੋਂ ਲੈ ਕੇ 15 ਸਾਲ ਦੇ ਬੱਚੇ ਜਿਹੜੇ ਇਟਲੀ ਦੇ ਵਿੱਚ ਰਹਿ ਰਹੇ ਹਨ, ਸੋਮਵਾਰ ਤੋਂ ਉਹਨਾਂ ਦੀ ਜਿਹੜੀ ਬੁਕਿੰਗ ਸ਼ੁਰੂ ਹੋ ਜਾਏਗੀ 3ਰੀ ਡੋਜ਼ ਦੇ ਵਾਸਤੇ, ਬੂਸਟਰ ਡੋਜ਼ ਦੇ ਵਾਸਤੇ। ਹੁਣ ਗੱਲ ਕਰ ਲਈਏ ਇਮੀਗ੍ਰੇਸ਼ਨ ਦੇ ਬਾਰੇ। ਇਮੀਗ੍ਰੇਸ਼ਨ ਦੇ ਬਾਰੇ ਜਿਹੜੀ ਫਿਲਹਾਲ ਹੈ ਜੀ ਕੋਈ ਵੀ ਇਹੋ ਜਿਹੀ ਜਾਣਕਾਰੀ ਨਹੀਂ ਆਈ ਕਿ 9 ਤਰੀਕ ਨੂੰ ਜਿਹੜੇ ਪੇਪਰ ਵਗੈਰਾ ਖੁੱਲ੍ਹਣਗੇ ਜਾਂ ਭਰ ਹੋਣਗੇ। ਬਾਕੀ ਜਿਸ ਦਿਨ ਗੈਜਟ ਦੇ ਵਿੱਚ ਜਿਹੜੀ ਡੇਟ ਆ ਜਾਏਗੀ ਉਸ ਤੋਂ ਵੀ 10 ਦਿਨ ਬਾਅਦ ਵਿੱਚ ਜਾ ਕੇ ਜਿਹੜੇ ਪੇਪਰ ਖੁੱਲ੍ਹਣੇ ਹਨ, ਜਿਹੜੇ ਖੇਤੀ ਜਿਹੜੇ 9 ਮਹੀਨੇ ਵਾਲੇ ਪੇਪਰ ਹਨ ਉਹ 15 ਦਿਨ ਦੇ ਬਾਅਦ ਖੁੱਲ੍ਹਣੇ ਹਨ। ਸੋ ਇਸ ਕਰਕੇ ਕੋਈ ਵੀ ਘਬਰਾਉਣ ਵਾਲੀ ਲੋੜ ਨਹੀਂ ਹੈ, ਤੁਹਾਡੇ ਕੋਲ ਬਹੁਤ ਜ਼ਿਆਦਾ ਟਾਈਮ ਹੈ। ਜਿਸ ਦਿਨ ਵੀ ਤੁਹਾਡੇ ਕੋਲ ਖਬਰ ਪਹੁੰਚੇਗੀ ਕਿ ਫਲਾਨੀ ਫਲਾਨੀ ਤਰੀਕ ਨੂੰ ਜਿਹੜੇ ਪੇਪਰ ਖੁੱਲ੍ਹ ਰਹੇ ਹਨ,
ਜਿੱਥੇ ਆਪਾਂ ਸਪੇਜ਼ਾ ਵਗੈਰਾ ਆਪਣਾ ਕਰਦੇ ਹਾਂ, ਅਤੇ ਉਸ ਜਗ੍ਹਾ ਦੇ ਵਿੱਚ ਕੀ ਆਪਾਂ ਜਿਹੜੀ ਐਂਟਰੀ ਨਹੀਂ ਕਰ ਸਕਦੇ? ਤਾਂ ਜਿਹੜਾ ਇਸਦਾ ਜਵਾਬ ਹੈ ਜੀ, ਅਸੀਂ ਤੁਹਾਨੂੰ ਦੇਖਰੇਖ ਦੇ ਹਿਸਾਬ ਦੇ ਨਾਲ ਜਵਾਬ ਦੱਸ ਰਹੇ ਹਾਂ, ਕੋਈ ਇਹਦੇ ਵਿੱਚ ਆਪਣੀ ਸਾਡੀ ਸੋਚ ਨਹੀਂ ਹੈ। ਜੋ ਸਰਕਾਰ ਨੇ ਜਿਹੜੇ ਨਿਯਮ ਬਣਾਏ ਨੇ ਉਸ ਦੇ ਅਕੋਰਡਿੰਗ ਤੁਹਾਨੂੰ ਦੱਸਿਆ ਜਾ ਰਿਹਾ ਕਿ ਆਪਾਂ ਐਂਟਰੀ ਇਹਨਾਂ ਦੇ ਸ਼ੋਪਿੰਗ ਸੈਂਟਰ ਦੇ ਵਿੱਚ ਨਹੀਂ ਕਰ ਸਕਦੇ ਜੇ ਆਪਣੇ ਕੋਲ ਜਿਹੜਾ ਬਾਜ਼ੇ ਗ੍ਰੀਨ ਪਾਸ ਨਹੀਂ ਹੈ। ਮਤਲਬ ਕਿ ਜਾਂ ਤੁਸੀਂ ਤੰਪੋਨੀ ਕਰਵਾ ਕੇ ਜਿਹੜਾ ਐਂਟਰੀ ਕਰ ਸਕਦੇ ਹੋ, ਜਿਹੜਾ ਉੱਥੋਂ ਗ੍ਰੀਨ ਪਾਸ ਮਿਲਦਾ ਹੈ, ਜਾਂ ਤੁਸੀਂ ਬਿਮਾਰੀ ਦੇ ਵਿੱਚੋਂ ਠੀਕ ਹੋਏ ਹੋ, ਜਾਂ ਤੁਸੀਂ ਜਿਹੜੀ ਵੈਕਸੀਨ ਲਗਵਾ ਲਈ। ਤਿੰਨ ਜਿਹੜੀਆਂ ਆਪਸ਼ਨ ਹਨ ਤੁਹਾਡੇ ਕੋਲ, ਤਿੰਨਾਂ ਦੇ ਨਾਲ ਤੁਹਾਨੂੰ ਜਿਹੜਾ ਕੋਈ ਵੀ ਗ੍ਰੀਨ ਪਾਸ ਮਿਲੇ, ਤੁਸੀਂ ਉਹ ਗ੍ਰੀਨ ਪਾਸ ਲੈ ਕੇ ਹੀ ਇਸ ਜਗ੍ਹਾ ਦੇ ਵਿੱਚ ਸ਼ੋਪਿੰਗ ਸੈਂਟਰ ਦੇ ਵਿੱਚ ਐਂਟਰੀ ਕਰ ਸਕਦੇ ਹੋ। ਇਸ ਤੋਂ ਇਲਾਵਾ ਬੈਂਕ ਵਗੈਰਾ ਦੇ ਵਿੱਚ ਜਾਂ ਪੋਸਟ ਆਫਿਸ ਵਿੱਚ ਜਾਣਾ ਹੈ ਤਾਂ ਉਹਦੇ ਵਿੱਚ ਵੀ ਤੁਹਾਨੂੰ ਜਿਹੜੀ ਇਸ ਦੀ ਲੋੜ ਪਵੇਗੀ। ਬਾਕੀ ਤੁਸੀਂ ਆਪਣੇ ਕਮੂਨੇ ਵਗੈਰਾ ਦੇ ਵਿੱਚ ਜਾਂ ਹੋਰ ਵੀ ਕਿਸੇ ਪਬਲਿਕ ਆਫਿਸ ਦੇ ਵਿੱਚ ਵੀ ਜਾਣਾ ਹੈ, ਜਾਂ ਪੋਸਟ ਆਫਿਸ, ਇੰਪਸ ਦੇ ਦਫ਼ਤਰ ਜਾਂ ਨੇਲ ਵਾਲਿਆਂ ਦੇ, ਤਾਂ ਤੁਹਾਨੂੰ ਜਿਹੜੀ ਇਸ ਦੀ ਲੋੜ ਪਵੇਗੀ। ਮਤਲਬ ਕੀ ਹੈ ਕਿ ਤੁਸੀਂ ਜਿਹੜੀ 1 ਫਰਵਰੀ ਆ ਰਹੀ ਹੈ, 1 ਫਰਵਰੀ ਤੋਂ ਕੋਸ਼ਿਸ਼ ਕਰੋ ਕਿ ਜਿਹੜਾ ਗ੍ਰੀਨ ਪਾਸ ਹੈ ਹਰ ਟਾਈਮ ਤੁਹਾਡੀ ਜੇਬ ਦੇ ਵਿੱਚ ਹੋਣਾ ਜ਼ਰੂਰੀ ਹੈ, ਅਤੇ June 15 ਤੱਕ ਜਿਹੜੀ ਇਸ ਦੀ ਲੋੜ ਤੁਹਾਨੂੰ ਪਏਗੀ ਫਿਲਹਾਲ ਦੇ ਹਿਸਾਬ ਦੇ ਨਾਲ। ਅੱਗੇ ਜਾ ਕੇ ਸਰਕਾਰ ਦੇਖੇਗੀ ਕਿ ਜਿਹੜੀ ਸਿਚੁਏਸ਼ਨ ਹੈ ਜੀ ਉਹ ਕਿਹੋ ਜਿਹੀ ਬੈਠਦੀ ਹੈ। ਅਗਰ ਸਿਚੁਏਸ਼ਨ ਵਧੀਆ ਰੱਬ ਦੀ ਦਇਆ ਨਾਲ ਹੋ ਜਾਂਦੀ ਤਾਂ ਹੋ ਸਕਦਾ ਕਿ ਇਸਨੂੰ ਅੱਗੇ ਐਕਸਟੈਂਡ ਨਾ ਕੀਤਾ ਜਾਵੇ। ਬਾਕੀ ਇੱਕ ਗੱਲ ਦਾ ਖਿਆਲ ਰੱਖਿਓ ਕਿ ਤੁਸੀਂ ਆਪਣੇ ਗ੍ਰੀਨ ਪਾਸ ਵਗੈਰਾ ਬਣਾ ਕੇ ਆਪਣੇ ਜੇਬ ਦੇ ਵਿੱਚ ਰੱਖ ਸਕਦੇ ਹੋ, ਕਿਉਂਕਿ ਜਿਵੇਂ ਹੀ 1 ਫਰਵਰੀ ਆਏਗੀ ਤਾਂ ਇਸਨੂੰ ਜਿਹੜਾ ਲਾਗੂ ਕਰ ਦਿੱਤਾ ਜਾਵੇਗਾ। ਬਾਕੀ ਜੇ ਆਪਾਂ ਸਿਚੁਏਸ਼ਨ ਇਟਲੀ ਦੀ ਹੁਣ ਅੱਜ ਦੀ ਦੇਖੀਏ ਤਾਂ ਸਿਚੁਏਸ਼ਨ ਜਿਹੜੀ ਹੈ ਜੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ। ਇਟਲੀ ਦੇ ਵਿੱਚ ਜੋ ਤੁਸੀਂ ਬਾਹਰ ਘੁੰਮਦੇ ਹੋ ਤਾਂ ਤੁਸੀਂ ਇਸ ਚੀਜ਼ ਦਾ ਖਿਆਲ ਰੱਖਣਾ ਕਿ ਪੂਰੀ ਇਟਲੀ ਦੇ ਵਿੱਚ 6 ਕਰੋੜ ਦੀ ਆਬਾਦੀ ਹੈ ਲਗਭਗ, ਅਤੇ 6 ਕਰੋੜ ਦੀ ਆਬਾਦੀ ਦੇ ਵਿੱਚੋਂ ਤਕਰੀਬਨ 14 ਲੱਖ ਲੋਕ ਇਹੋ ਜਿਹੇ ਹਨ ਜਿਹੜੇ ਇਸ ਟਾਈਮ ਪੋਜ਼ਿਟਿਵ ਹੋ ਚੁੱਕੇ ਹਨ, ਮਤਲਬ ਐਕਟਿਵ ਹਾਲਤ ਦੇ ਵਿੱਚ ਹਨ। ਅਤੇ ਜੇ ਆਪਾਂ ਸਿਰਫ ਅੱਜ ਦੀ ਗੱਲ ਹੀ ਕਰੀਏ ਇਟਲੀ ਦੇ ਵਿੱਚ ਅੱਜ ਕਿੰਨੇ ਕੇਸ ਆਏ ਹਨ, ਤਾਂ ਕੇਸ ਜਿਹੜਾ ਬਹੁਤ ਹੀ ਜ਼ਿਆਦਾ ਆਇਆ ਹੈ। ਇਟਲੀ ਦੇ ਕੇਸ ਦੱਸਣ ਤੋਂ ਪਹਿਲਾਂ ਤੁਹਾਨੂੰ ਫਰਾਂਸ ਦੇ ਵਿੱਚ ਦੱਸੀਏ ਕਿ 3,35,000 ਜਿਹੜਾ ਨਵਾਂ ਕੇਸ 24 ਘੰਟੇ ਦੇ ਵਿੱਚ ਆਇਆ ਹੈ। ਬਾਕੀ ਇਟਲੀ ਵੀ ਜਿਹੜਾ ਹੈ ਜੀ ਕਿਸੇ ਕੰਮ ਦੇ ਵਿੱਚ ਪਿੱਛੇ ਨਹੀਂ ਹੈ। 1,99,000 ਕੇਸ ਜਿਹੜਾ ਇਟਲੀ ਦੇ ਵਿੱਚ ਆਇਆ ਹੈ, 231 ਲੋਕਾਂ ਦੀ ਡੈਥ ਹੋਈ ਹੈ। ਇਸ ਤੋਂ ਇਲਾਵਾ 10,94,255 ਜਿਹੜੇ ਤੰਪੋਨੀ ਕੀਤੇ ਗਏ ਹਨ, ਕੱਲ੍ਹ ਨਾਲੋਂ 1,30,000 ਜਿਹੜੇ ਤੰਪੋਨੀ ਘੱਟ ਕੀਤੇ ਗਏ ਹਨ। ਬਾਕੀ ਇੱਥੇ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਇਟਲੀ ਦੇ ਵਿੱਚ ਜਿੱਦਣ ਦੀ ਇਹ ਬਿਮਾਰੀ ਫੈਲੀ ਹੈ, ਹੁਣ ਤੱਕ ਇਸ ਬਿਮਾਰੀ ਦੀ ਵਜ੍ਹਾ ਦੇ ਨਾਲ ਇਟਲੀ ਦੇ ਵਿੱਚ 1,38,276 ਲੋਕ ਜਿਹੜੇ ਹਨ ਆਪਣੀ ਜਾਨ ਗੁਆ ਚੁੱਕੇ ਹਨ। 13,364 ਲੋਕ ਜਿਹੜੇ ਇਸ ਟਾਈਮ ਹੋਸਪਿਟਲਾਂ ਦੇ ਵਿੱਚ ਐਡਮਿਟ ਹਨ, ਅਤੇ 1,428 ਲੋਕ ਜਿਹੜੇ ਹਨ ਇਸ ਟਾਈਮ ICU ਦੇ ਵਿੱਚ ਭਰਤੀ ਹੋ ਚੁੱਕੇ ਨੇ। ਇਹ ਖਤਰੇ ਵਾਲੀ ਜਿਹੜੀ ਗੱਲ ਹੈ। ਬਾਕੀ 50 ਸਾਲ ਜਾਂ ਇਸ ਤੋਂ ਉੱਪਰ ਵਾਲੇ ਲੋਕਾਂ ਨੂੰ ਵੀ ਸਰਕਾਰ ਨੇ ਜਿਹੜਾ 2 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਹੈ। ਇੱਕ ਪਾਸੇ ਉਹ ਲੋਕ ਹਨ 50 ਸਾਲ ਜਾਂ ਇਸ ਤੋਂ ਉੱਪਰ ਵਾਲੇ ਜਿਹੜੇ ਲੋਕ ਕੰਮ ਕਰਦੇ ਹਨ, ਅਤੇ ਦੂਜੇ ਪਾਸੇ ਇਹਨਾਂ ਨੇ ਰੱਖਿਆ ਹੈ ਉਹਨਾਂ ਲੋਕਾਂ ਨੂੰ ਜਿਹੜੇ ਕੰਮ ਨਹੀਂ ਕਰਦੇ। ਹੁਣ ਜਿਹੜੇ ਲੋਕ 50 ਸਾਲ ਤੋਂ ਉੱਪਰ ਜਿਨ੍ਹਾਂ ਦੀ ਉਮਰ ਹੋ ਚੁੱਕੀ ਹੈ 50 ਜਾਂ ਇਸ ਤੋਂ ਉੱਪਰ, ਅਤੇ ਉਹ ਕੰਮ ਵਗੈਰਾ ਨਹੀਂ ਕਰਦੇ, ਉਹਨਾਂ ਦੇ ਵਾਸਤੇ ਸਰਕਾਰ ਨੇ ਕੀ ਕੀਤਾ ਹੈ? ਉਹਨਾਂ ਦੇ ਵਾਸਤੇ ਸਰਕਾਰ ਨੇ ਕਹਿ ਦਿੱਤਾ ਹੈ ਕਿ ਇਹਨਾਂ ਨੂੰ ਜਿਹੜਾ ਟੀਕਾ ਲਗਾਉਣਾ ਪਏਗਾ ਜੇ ਉਹ ਲੋਕ ਕੰਮ ਨਹੀਂ ਕਰਦੇ। ਅਤੇ ਜਿਹੜੇ ਲੋਕ ਕੰਮ ਕਰਦੇ ਹਨ ਉਹਨਾਂ ਦੇ ਵਾਸਤੇ ਸਰਕਾਰ ਨੇ ਕਹਿ ਦਿੱਤਾ ਹੈ ਕਿ ਤੁਹਾਨੂੰ ਜਿਹੜਾ ਹੈ ਜੀ ਸੁਪਰ ਗ੍ਰੀਨ ਪਾਸ ਰੱਖਣਾ ਪਏਗਾ। 2G ਸਰਟੀਫਿਕੇਸ਼ਨ ਜਿਹੜੀ ਹੈ, 2G ਸਰਟੀਫਿਕੇਸ਼ਨ ਦਾ ਮਤਲਬ ਕਿ ਜਾਂ ਤੁਸੀਂ ਜਿਹੜਾ ਇੰਜੈਕਸ਼ਨ ਲਗਵਾ ਲਿਆ ਹੈ ਜਾਂ ਤੁਸੀਂ ਬਿਮਾਰੀ ਦੇ ਵਿੱਚੋਂ ਠੀਕ ਹੋਏ ਹੋ। ਇਹਦੇ ਜਿਹੜਾ ਤੰਪੋਨੀ ਹੈ ਜੀ ਉਹਦਾ ਇਸ ਦੇ ਵਿੱਚ ਕੋਈ ਵੀ ਵੈਲਿਊ ਨਹੀਂ ਰੱਖੀ ਗਈ। ਹੁਣ ਤੁਸੀਂ ਦੇਖ ਸਕਦੇ ਹੋ ਕਿ ਸਰਕਾਰ ਨੇ ਇਹਦੇ ਵਿੱਚ ਕਿੰਨਾ ਸੋਚ ਕੇ ਜਿਹੜਾ ਫੈਸਲਾ ਲਿਆ ਹੈ, ਕਿਉਂਕਿ ਜਿਹੜੇ 50 ਸਾਲ ਤੋਂ ਉੱਪਰ ਵਾਲੇ ਲੋਕ ਸਨ ਜਿਨ੍ਹਾਂ ਨੇ ਮੰਨ ਲਓ ਵੈਕਸੀਨ ਨਹੀਂ ਲਗਵਾਉਣੀ ਚਾਹੁੰਦੇ, ਅਤੇ ਕਈਆਂ ਲੋਕਾਂ ਦਾ ਇੱਦਾਂ ਹੀ ਸਰਦਾ ਹੈ ਕਿ ਬਿਨਾਂ ਕੰਮ ਤੋਂ ਵੀ ਉਹ ਉਹਨਾਂ ਦਾ ਸਰਦਾ ਹੈ, ਅਤੇ ਹੋ ਸਕਦਾ ਕਿ ਉਹ ਬਿਨਾਂ ਕੰਮ ਤੋਂ ਵੈਕਸੀਨ ਨਾ ਲਗਵਾਉਣ। ਅਤੇ ਸਰਕਾਰ ਨੇ ਇਸੇ ਕਰਕੇ ਪਹਿਲਾਂ ਹੀ ਕਹਿ ਦਿੱਤਾ ਕਿ ਜਿਹੜੇ ਲੋਕ 50 ਸਾਲ ਜਾਂ ਇਸ ਤੋਂ ਉੱਪਰ ਵਾਲੇ ਹਨ ਅਤੇ ਉਹ ਕੰਮ ਨਹੀਂ ਕਰ ਰਹੇ, ਉਹਨਾਂ ਦੇ ਵਾਸਤੇ ਵੈਕਸੀਨ ਲਗਵਾਉਣੀ ਜ਼ਰੂਰੀ ਹੋਵੇਗੀ। ਇਸ ਤਰ੍ਹਾਂ ਸਰਕਾਰ ਦੇ 2 ਫੈਸਲੇ ਹਨ ਜਿਹੜੇ ਕਿ 50 ਸਾਲ ਤੋਂ ਉੱਪਰ ਵਾਲੇ ਲੋਕਾਂ ਦੇ ਵਾਸਤੇ ਅਲੱਗ ਅਲੱਗ ਤਰ੍ਹਾਂ ਦੇ ਨਾਲ ਕੰਮ ਕਰਦੇ ਹਨ, ਮਤਲਬ ਇਹਨਾਂ ਦਾ ਪਿੱਛੇ ਜਿਹੜਾ ਮੰਤਵ ਇੱਕ ਹੀ ਹੈ। ਬਾਕੀ ਇਸ ਤੋਂ ਇਲਾਵਾ ਜਿਹੜੇ ਹੋਸਪਿਟਲ ਵਗੈਰਾ ਹਨ ਇਹਨਾਂ ਦੇ ਵਿੱਚੋਂ ਜਿਹੜੀਆਂ ਹੁਣ ਖਬਰਾਂ ਆਉਣ ਲੱਗ ਪਈਆਂ ਹਨ ਕਿ ਉਹਨਾਂ ਦੇ ਵਾਸਤੇ ਜਿਹੜੀ ਦਿੱਕਤ ਸ਼ੁਰੂ ਹੋ ਚੁੱਕੀ ਹੈ, ਕਿਉਂਕਿ ਹੁਣ ਜਿਹੜੀ ਜਗ੍ਹਾ ਦੀ ਕਮੀ ਉੱਥੇ ਮਹਿਸੂਸ ਕੀਤੀ ਜਾ ਰਹੀ ਹੈ, ਕਿਉਂਕਿ ਕੇਸਿਸ ਵਗੈਰਾ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਦੇ ਵਿੱਚ ਕੇਸ ਆ ਰਹੇ ਹਨ। ਬਾਕੀ ਹੁਣ ਵੀਡੀਓ ਦੇ ਅੰਤ ਦੇ ਵਿੱਚ ਕੁਝ ਸਵਾਲਾਂ ਦੇ ਜਿਹੜੇ ਜਵਾਬ ਦੇ ਦਈਏ। ਵੀਰ ਨੇ ਪੁੱਛਿਆ ਸੀ ਕਿ ਜਿਹੜਾ ਇਸ ਟਾਈਮ ਇੰਡੀਆ ਦੇ ਵਿੱਚ ਜਾਣਾ ਠੀਕ ਹੈ ਕਿ ਆਪਾਂ ਇਟਲੀ ਵਿੱਚੋਂ ਬਾਹਰ ਇਸ ਟਾਈਮ ਜਾ ਸਕਦੇ ਹਾਂ, ਤਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਜਾਣ ਦੇ ਵਿੱਚ ਕੋਈ ਵੀ ਮਨਾਹੀ ਨਹੀਂ ਹੈ, ਕਿਉਂਕਿ ਇਟਲੀ ਤੋਂ ਅਗਰ ਤੁਸੀਂ ਇੰਡੀਆ ਦੇ ਵਿੱਚ ਵੀ ਜਾਂਦੇ ਹੋ ਤਾਂ ਕੋਈ ਦਿੱਕਤ ਇਹੋ ਜਿਹੀ ਨਹੀਂ ਆਏਗੀ, ਤੁਸੀਂ ਪਹੁੰਚ ਸਕਦੇ ਹੋ ਆਰਾਮ ਦੇ ਨਾਲ। ਪਰੰਤੂ ਹੁੰਦਾ ਕੀ ਹੈ ਕਿ ਕਈ ਵਾਰ ਜਦੋਂ ਬੰਦਾ ਵਾਪਸੀ ਵਿੱਚ ਆਉਂਦਾ ਹੈ ਤਾਂ ਉਸ ਟਾਈਮ ਦਿੱਕਤ ਵਗੈਰਾ ਹੋ ਸਕਦੀ ਹੈ, ਖਾਸ ਕਰ ਜਿਹੜੇ ਬੰਦੇ ਇਟਲੀ ਦੇ ਵਿੱਚ ਕੰਮ ਕਾਰ ਕਰਦੇ ਹਨ। ਜੇ ਤੁਸੀਂ ਕੰਮ ਕਾਰ ਨਹੀਂ ਕਰਦੇ ਹੋ, ਕੋਈ ਤੁਹਾਡਾ ਪੈਨਸ਼ਨ ਵਗੈਰਾ ਚੱਲਦੀ ਹੈ, ਜਾਂ ਤੁਸੀਂ ਜਿੱਦਾਂ ਕਿ ਤੁਹਾਡੇ ਬੱਚੇ ਵਗੈਰਾ ਕੰਮ ਕਰਦੇ ਹਨ, ਫਿਰ ਕੋਈ ਦਿੱਕਤ ਨਹੀਂ ਹੈ, ਬੰਦਾ ਥੋੜ੍ਹਾ ਬਹੁਤ ਇੰਡੀਆ ਦੇ ਵਿੱਚ ਵੀ ਰਹਿ ਸਕਦਾ ਹੈ। ਬਾਕੀ ਸੈਨਿਓ ਨੀਕੋ ਦਾ ਇੱਕ
ਅਤੇ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜੇ ਤੁਸੀਂ ਸੈਨੀਓ ਨਿਕੋ ਦਾ ਦਮਾਂਦਾ ਕਰਨਾ ਚਾਹੁੰਦੇ ਹੋ ਅਤੇ ਜਿਹੜਾ ਤੁਹਾਡਾ ਈਜ਼ੇ ਹੈ, ਜਿੱਦਾਂ ਤੁਹਾਨੂੰ ਦੱਸਿਆ ਹੈ ਕਿ ਈਜ਼ੇ ਦੀ ਇੱਕ ਲਿਮਿਟ ਹੈ, ਅਤੇ ਉਸ ਤੋਂ ਬਾਅਦ ਇੱਕ ਹੋਰ ਚੀਜ਼ ਹੈ ਕਿ ਅਗਰ ਤੁਹਾਡੇ ਕੋਲ ਮੰਨ ਲਓ ਉਸ ਮੌਕੇ ਦੇ ਉੱਤੇ ਕੰਮ ਨਹੀਂ ਵੀ ਹੈ ਤਾਂ ਵੀ ਜਿਹੜਾ ਤੁਸੀਂ ਇਸ ਦੇ ਵਾਸਤੇ ਜਿਹੜਾ ਅਪਲਾਈ ਕਰ ਸਕਦੇ ਹੋ। ਬਾਕੀ ਵੀਡੀਓ ਦੇ ਅੰਤ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਇੱਥੇ ਤੱਕ ਵੀਡੀਓ ਦੇਖੀ। ਨੈਕਸਟ ਵੀਡੀਓ ਲੈ ਕੇ ਕੱਲ੍ਹ ਨੂੰ ਫਿਰ ਇਸ ਟਾਈਮ ਦੇ ਉੱਤੇ ਮਿਲਾਂਗੇ, ਅਤੇ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।